ਸੰਜੀਵ ਜੀ, ਦਿੱਲੀ ਮਾਡਲ ਦੀ ਹਰੇਕ ਵਾਰ ਗੱਲ ਕਰਦੇ, ਹਰੇਕ ਸਟੇਟ ਦੇ ਵਿੱਚ ਜਾ ਕੇ, ਅਤੇ ਦਿੱਲੀ ਮਾਡਲ ਹੈ ਕੀ ਹੈ, ਤੁਸੀਂ ਸਮਝਾ ਸਕਦੇ ਸਾਨੂੰ ਥੋੜ੍ਹਾ ਜਿਹਾ ਕਿ ਦਿੱਲੀ ਮਾਡਲ ਕੀ ਦੱਸਣਾ ਚਾਹੁੰਦੇ ਨੇ? ਦੇਖੋ, ਇਹਨਾਂ ਨੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਇੱਕ ਚੀਜ਼ ਜਿਹੜੀ ਕੀਤੀ ਕਿ ਬਿਜਲੀ ਲੋਕਾਂ ਨੂੰ ਜਿਹੜੀ ਆ ਉਹ ਫ੍ਰੀ ਦਿੱਤੀ ਜਾਏ, 300 ਯੂਨਿਟ ਫ੍ਰੀ ਦਿੱਤੀ, 2 ਮਹੀਨਿਆਂ ਵਿੱਚ 600 ਯੂਨਿਟ ਦਿੱਤੀ ਫ੍ਰੀ ਦੇ, ਇੱਕ ਲੋਲੀਪੋਪ ਜਿਹੜੇ ਆ। ਔਰ ਪੰਜਾਬ ਦੀ ਬਿਜਲੀ ਦੇ ਉੱਤੇ ਅਗਰ ਗੱਲ ਕਰੀਏ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਉਹਦੇ ਉੱਤੇ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਚੁੱਕਾ। ਇੰਨੀ ਜ਼ਿਆਦਾ ਸਬਸਿਡੀ ਜਿਹੜੀ ਉਸਨੂੰ ਬੀਅਰ ਕਰਨਾ ਬੜਾ ਮੁਸ਼ਕਿਲ ਹੈ। ਆਏ ਦਿਨ ਅਸੀਂ ਭਗਵੰਤ ਮਾਨ ਹੁਣ ਦੀਆਂ ਸਟੇਟਮੈਂਟਾਂ ਦੇਖਦੇ ਰਹਿੰਦੇ ਹਾਂ ਕਿ ਸਾਡੀ ਝਾਰਖੰਡ ਦੇ ਵਿੱਚ ਕੋਲੇ ਦੀ ਖਦਾਨ ਹੈ, ਅਸੀਂ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਸਨੂੰ ਖਰੀਦ ਲਿਆ, ਸੋ ਨਵੇਂ ਸਾਲ ਦੇ ਉੱਤੇ ਇਹ ਵੀ ਤੋਹਫ਼ਾ ਦਿੱਤਾ। ਲੇਕਿਨ ਇੱਕ ਪਾਸਿਓਂ ਸੈਂਟਰ ਤੋਂ ਕਰਜ਼ੇ 'ਤੇ ਕਰਜ਼ਾ ਚੁੱਕੀ ਜਾ ਰਿਹਾ ਪੰਜਾਬ, 70,000 ਕਰੋੜ ਰੁਪਏ ਦੇ ਲਗਭਗ ਹੁਣ ਤੱਕ ਕਰਜ਼ਾ ਹੋ ਚੁੱਕਾ ਹੈ। ਔਰ ਇਹ ਜਿਹੜਾ ਇਹੋ ਜਿਹਾ ਸਾਨੂੰ ਸਮੇਲ ਦੇਖਣ ਨੂੰ ਮਿਲਦਾ ਪਿਆ ਕਿ ਇਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ, ਕਿਉਂਕਿ ਮਾਡਲ ਦੀ ਜਦੋਂ ਗੱਲ ਹੁੰਦੀ ਹੈ ਤਾਂ ਇੱਕ ਜਾਂ 2 ਸਕੂਲਾਂ ਨੂੰ ਅਸੀਂ ਐਮੀਨੈਂਸ ਸਕੂਲ ਦੇ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਉਹਦੇ ਨਾਲ ਪੂਰਾ ਪੰਜਾਬ ਕੈਟਰ ਨਹੀਂ ਹੁੰਦਾ। ਸੋ ਬਹੁਤ ਕੁਝ ਕਰਨਾ ਹਜੇ ਤੱਕ ਬਾਕੀ ਹੈ, ਪਰਫਾਰਮੈਂਸ ਬੇਸਡ ਇਲੈਕਸ਼ਨ ਜਿਹੜਾ ਹੁਣ ਹੋਣ ਜਾ ਰਿਹਾ। ਸੰਜੀਵ ਜੀ, ਦਿੱਲੀ ਮਾਡਲ ਦੀ ਹਰੇਕ ਵਾਰ ਗੱਲ ਕਰਦੇ, ਹਰੇਕ ਸਟੇਟ ਦੇ ਵਿੱਚ ਜਾ ਕੇ, ਅਤੇ ਦਿੱਲੀ ਮਾਡਲ ਹੈ ਕੀ ਹੈ, ਤੁਸੀਂ ਸਮਝਾ ਸਕਦੇ ਸਾਨੂੰ ਥੋੜ੍ਹਾ ਜਿਹਾ ਕਿ ਦਿੱਲੀ ਮਾਡਲ ਕੀ ਦੱਸਣਾ ਚਾਹੁੰਦੇ ਨੇ? ਦੇਖੋ, ਇਹਨਾਂ ਨੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਇੱਕ ਚੀਜ਼ ਜਿਹੜੀ ਕੀਤੀ ਕਿ ਬਿਜਲੀ ਲੋਕਾਂ ਨੂੰ ਜਿਹੜੀ ਆ ਉਹ ਫ੍ਰੀ ਦਿੱਤੀ ਜਾਏ, 300 ਯੂਨਿਟ ਫ੍ਰੀ ਦਿੱਤੀ, 2 ਮਹੀਨਿਆਂ ਵਿੱਚ 600 ਯੂਨਿਟ ਦਿੱਤੀ ਫ੍ਰੀ ਦੇ, ਇੱਕ ਲੋਲੀਪੋਪ ਜਿਹੜੇ ਆ। ਔਰ ਪੰਜਾਬ ਦੀ ਬਿਜਲੀ ਦੇ ਉੱਤੇ ਅਗਰ ਗੱਲ ਕਰੀਏ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਉਹਦੇ ਉੱਤੇ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਚੁੱਕਾ। ਇੰਨੀ ਜ਼ਿਆਦਾ ਸਬਸਿਡੀ ਜਿਹੜੀ ਉਸਨੂੰ ਬੀਅਰ ਕਰਨਾ ਬੜਾ ਮੁਸ਼ਕਿਲ ਹੈ। ਆਏ ਦਿਨ ਅਸੀਂ ਭਗਵੰਤ ਮਾਨ ਹੁਣ ਦੀਆਂ ਸਟੇਟਮੈਂਟਾਂ ਦੇਖਦੇ ਰਹਿੰਦੇ ਹਾਂ ਕਿ ਸਾਡੀ ਝਾਰਖੰਡ ਦੇ ਵਿੱਚ ਕੋਲੇ ਦੀ ਖਦਾਨ ਹੈ, ਅਸੀਂ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਸਨੂੰ ਖਰੀਦ ਲਿਆ, ਸੋ ਨਵੇਂ ਸਾਲ ਦੇ ਉੱਤੇ ਇਹ ਵੀ ਤੋਹਫ਼ਾ ਦਿੱਤਾ। ਲੇਕਿਨ ਇੱਕ ਪਾਸਿਓਂ ਸੈਂਟਰ ਤੋਂ ਕਰਜ਼ੇ 'ਤੇ ਕਰਜ਼ਾ ਚੁੱਕੀ ਜਾ ਰਿਹਾ ਪੰਜਾਬ, 70,000 ਕਰੋੜ ਰੁਪਏ ਦੇ ਲਗਭਗ ਹੁਣ ਤੱਕ ਕਰਜ਼ਾ ਹੋ ਚੁੱਕਾ ਹੈ। ਔਰ ਇਹ ਜਿਹੜਾ ਇਹੋ ਜਿਹਾ ਸਾਨੂੰ ਸਮੇਲ ਦੇਖਣ ਨੂੰ ਮਿਲਦਾ ਪਿਆ ਕਿ ਇਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ, ਕਿਉਂਕਿ ਮਾਡਲ ਦੀ ਜਦੋਂ ਗੱਲ ਹੁੰਦੀ ਹੈ ਤਾਂ ਇੱਕ ਜਾਂ 2 ਸਕੂਲਾਂ ਨੂੰ ਅਸੀਂ ਐਮੀਨੈਂਸ ਸਕੂਲ ਦੇ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਉਹਦੇ ਨਾਲ ਪੂਰਾ ਪੰਜਾਬ ਕੈਟਰ ਨਹੀਂ ਹੁੰਦਾ। ਸੋ ਬਹੁਤ ਕੁਝ ਕਰਨਾ ਹਜੇ ਤੱਕ ਬਾਕੀ ਹੈ, ਪਰਫਾਰਮੈਂਸ ਬੇਸਡ ਇਲੈਕਸ਼ਨ ਜਿਹੜਾ ਹੁਣ ਹੋਣ ਜਾ ਰਿਹਾ। ਸੰਜੀਵ ਜੀ, ਦਿੱਲੀ ਮਾਡਲ ਦੀ ਹਰੇਕ ਵਾਰ ਗੱਲ ਕਰਦੇ, ਹਰੇਕ ਸਟੇਟ ਦੇ ਵਿੱਚ ਜਾ ਕੇ, ਅਤੇ ਦਿੱਲੀ ਮਾਡਲ ਹੈ ਕੀ ਹੈ, ਤੁਸੀਂ ਸਮਝਾ ਸਕਦੇ ਸਾਨੂੰ ਥੋੜ੍ਹਾ ਜਿਹਾ ਕਿ ਦਿੱਲੀ ਮਾਡਲ ਕੀ ਦੱਸਣਾ ਚਾਹੁੰਦੇ ਨੇ? ਦੇਖੋ, ਇਹਨਾਂ ਨੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਇੱਕ ਚੀਜ਼ ਜਿਹੜੀ ਕੀਤੀ ਕਿ ਬਿਜਲੀ ਲੋਕਾਂ ਨੂੰ ਜਿਹੜੀ ਆ ਉਹ ਫ੍ਰੀ ਦਿੱਤੀ ਜਾਏ, 300 ਯੂਨਿਟ ਫ੍ਰੀ ਦਿੱਤੀ, 2 ਮਹੀਨਿਆਂ ਵਿੱਚ 600 ਯੂਨਿਟ ਦਿੱਤੀ ਫ੍ਰੀ ਦੇ, ਇੱਕ ਲੋਲੀਪੋਪ ਜਿਹੜੇ ਆ। ਔਰ ਪੰਜਾਬ ਦੀ ਬਿਜਲੀ ਦੇ ਉੱਤੇ ਅਗਰ ਗੱਲ ਕਰੀਏ, ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਉਹਦੇ ਉੱਤੇ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਚੁੱਕਾ। ਇੰਨੀ ਜ਼ਿਆਦਾ ਸਬਸਿਡੀ ਜਿਹੜੀ ਉਸਨੂੰ ਬੀਅਰ ਕਰਨਾ ਬੜਾ ਮੁਸ਼ਕਿਲ ਹੈ। ਆਏ ਦਿਨ ਅਸੀਂ ਭਗਵੰਤ ਮਾਨ ਹੁਣ ਦੀਆਂ ਸਟੇਟਮੈਂਟਾਂ ਦੇਖਦੇ ਰਹਿੰਦੇ ਹਾਂ ਕਿ ਸਾਡੀ ਝਾਰਖੰਡ ਦੇ ਵਿੱਚ ਕੋਲੇ ਦੀ ਖਦਾਨ ਹੈ, ਅਸੀਂ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਸਨੂੰ ਖਰੀਦ ਲਿਆ, ਸੋ ਨਵੇਂ ਸਾਲ ਦੇ ਉੱਤੇ ਇਹ ਵੀ ਤੋਹਫ਼ਾ ਦਿੱਤਾ। ਲੇਕਿਨ ਇੱਕ ਪਾਸਿਓਂ ਸੈਂਟਰ ਤੋਂ ਕਰਜ਼ੇ 'ਤੇ ਕਰਜ਼ਾ ਚੁੱਕੀ ਜਾ ਰਿਹਾ ਪੰਜਾਬ, 70,000 ਕਰੋੜ ਰੁਪਏ ਦੇ ਲਗਭਗ ਹੁਣ ਤੱਕ ਕਰਜ਼ਾ ਹੋ ਚੁੱਕਾ ਹੈ। ਔਰ ਇਹ ਜਿਹੜਾ ਇਹੋ ਜਿਹਾ ਸਾਨੂੰ ਸਮੇਲ ਦੇਖਣ ਨੂੰ ਮਿਲਦਾ ਪਿਆ ਕਿ ਇਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ, ਕਿਉਂਕਿ ਮਾਡਲ ਦੀ ਜਦੋਂ ਗੱਲ ਹੁੰਦੀ ਹੈ ਤਾਂ ਇੱਕ ਜਾਂ 2 ਸਕੂਲਾਂ ਨੂੰ ਅਸੀਂ ਐਮੀਨੈਂਸ ਸਕੂਲ ਦੇ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਉਹਦੇ ਨਾਲ ਪੂਰਾ ਪੰਜਾਬ ਕੈਟਰ ਨਹੀਂ ਹੁੰਦਾ। ਸੋ ਬਹੁਤ ਕੁਝ ਕਰਨਾ ਹਜੇ ਤੱਕ ਬਾਕੀ ਹੈ, ਪਰਫਾਰਮੈਂਸ ਬੇਸਡ ਇਲੈਕਸ਼ਨ ਜਿਹੜਾ ਹੁਣ ਹੋਣ ਜਾ ਰਿਹਾ।